ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਘਰਾਲੀ ਦੇ ਰਹਿਣ ਵਾਲੇ ਇੱਕ ਨੌਜਵਾਨ ਜਗਦੀਪ ਸਿੰਘ ਦੀ ਕੈਨੇਡਾ ਦੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜਗਦੀਪ ਸਿੰਘ ਆਪਣੀ ਪਤਨੀ ਅਤੇ ਆਪਣੇ ਬੇਟੇ ਦੇ ਨਾਲ ਕੈਨੇਡਾ ਦੇ ਵਿੱਚ ਕੰਮਕਾਰ ਕਰਨ ਦੇ ਲਈ ਗਿਆ ਸੀ ਅਤੇ ਉੱਥੇ ਹੀ ਕੰਮ ਦੇ ਦੌਰਾਨ ਜਗਦੀਪ ਸਿੰਘ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਗਦੀਪ ਸਿੰਘ ਦੀ ਲਾਸ਼ ਨੂੰ ਉਹ ਜਲਦ ਤੋਂ ਜਲਦ ਭਾਰਤ ਲਿਆਉਣਾ ਚਾਹੁੰਦੇ ਨੇ। ਇਸ ਕਰਕੇ ਅੰਬੈਸੀ ਨੂੰ ਉਹਨਾਂ ਦੇ ਦੁਆਰਾ ਪ੍ਰਾਰਥਨਾ ਕੀਤੀ ਗਈ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਦਾ ਵੀਜ਼ਾ ਲਗਵਾਇਆ ਜਾਵੇ ਤਾਂ ਕਿ ਜਗਦੀਪ ਸਿੰਘ ਦੀ ਲਾਸ਼ ਪੰਜਾਬ ਦੇ ਵਿੱਚ ਲਿਆ ਕੇ ਉਹਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਅਸੀਂ ਇਹ ਮੰਗਦੇ ਹਾਂ ਸਰਕਾਰ ਵੱਲੋਂ ਸਾਡੇ ਬੱਚੇ ਕੋਲ ਸਾਨੂੰ ਰੁਪਾਇਆ ਜਾਵੇ ਅਤੇ ਉਹਨਾਂ ਨੂੰ ਕਾਇਆ ਵੀ ਛੱਡ ਦੇ। ਅਸੀਂ ਘਰ ਦੇ ਵਿੱਚ ਬਹੁਤ ਸੁਰਤਾਂ ਦੇ ਵਿੱਚ ਸਾਨੂੰ ਆਪਣੇ ਬੱਚੇ ਦੇ ਬਗੈਰ ਵੇਖੇ ਤੋਂ ਸਾਨੂੰ ਰਾਤ ਸਰਕਾਰ ਬਚਾਵੇ ਜਾਂ ਤਾਂ ਬੱਚਾ ਛੱਡ ਦੇ। ਹੱਥ ਬੰਨ ਕੇ ਮੇਰੀ ਸਾਡੀ ਗੱਲ ਸੁਣੋ ਸੁਣੋ ਮੇਰਾ ਨਿੱਕਾ ਜਿਹਾ ਪੋਤਰਾ ਹੈ ਉੱਥੇ ਬੈਠੀ ਆ ਉਹੀ ਛਿੰਦੀ ਲਾਡਲੀ ਸੀ ਦੋ ਘਰਾਂ 'ਚ ਮੇਰਾ ਪੁੱਤ ਹੀ ਛਿੰਦਾ ਲਾਡਲਾ ਅਸੀਂ ਉੱਥੇ ਅੱਪੜਨਾ ਚਾਹੁੰਦੇ ਛੇਤੀ ਤੋਂ ਛੇਤੀ ਸਾਨੂੰ ਉਡਪਾਓ ਬੜਾ ਚਿਰ ਹੋ ਗਿਆ ਡੇਢ ਮਹੀਨਾ ਮਹੀਨੇ ਕਿੱਥੇ ਦੇ ਸਾਨੂੰ ਘਰ ਦੇ ਵਿੱਚ ਨਾ ਰਾਤ ਨਾ ਦਿਓ ਕਿਉਂ ਸਾਨੂੰ ਸਰਕਾਰ ਇੰਨਾ ਸਹੂਲਤ ਦਿੰਦੇ ਆ ਤਾਂ ਪਾ ਦਿਓ ਤੁਹਾਡਾ ਸੁਰਿੰਦਰ ਸਿੰਘ ਚੱਠੀ ਕਰ ਕੀ ਗੱਲਬਾਤ ਹੋਈ ਹੈ ਜੀ ਸਾਰੀ ਗੱਲਬਾਤ ਇੱਦਾਂ ਜੀ ਸਾਡਾ ਨਾ ਮਹਿਮਾਨ ਸੀ ਜਵਾਈ ਸੀ ਸਾਡਾ 5 ਸਾਲ ਪਹਿਲਾਂ ਜਿਹੜਾ ਬਾਹਰ ਵਿਦੇਸ਼ ਦੀ ਧਰਤੀ 'ਤੇ ਗਿਆ ਸੀ 16 ਆਪਣਾ ਜਨਵਰੀ ਨੂੰ 2023 ਦੇ ਵਿੱਚ ਕੰਮ ਕਰਦਿਆਂ ਕੰਮ ਦੇ ਹਾਦਸਾ ਹੋ ਗਿਆ ਉਹਦੇ ਨਾਲ ਉੱਪਰੋਂ ਤੀਜੀ ਮੰਜ਼ਿਲ ਤੋਂ ਚੌਥੀ ਤੋਂ ਡਿੱਗ ਪਿਆ ਸਾਨੂੰ ਪਤਾ ਲੱਗਾ ਉਹਦੇ ਵਿੱਚ ਬਾਅਦ ਉਹਦੀ ਡਿੱਥ ਹੋ ਜਾਂਦੀ ਆ ਜੋ ਕਿ ਉਹਦੀਆਂ ਪਤਨੀ ਆ ਸਾਡੀ ਲੜਕੀ ਜਿਹੜੀ ਆ ਉਹ ਬਾਹਰ ਹੀ ਆ ਅਤੇ ਜਿਹੜਾ ਸਾਡਾ ਬੱਚਾ ਆ ਉਹ ਸਾਡੇ ਕੋਲ ਆ ਜਗਜੀਤ ਸਿੰਘ ਦਾ ਲੜਕਾ ਆ ਅਸੀਂ ਇਹ ਮੰਗ ਕਰਦੇ ਹਾਂ ਕਿ ਉਹਦੀਆਂ ਅੰਤਿਮ ਜਿਹੜੀਆਂ ਰਸਮਾਂ ਨੇ ਸੰਸਕਾਰ ਦੀਆਂ ਉਹਦਾ ਸੰਸਕਾਰ ਹੋਣਾ ਆ ਅਤੇ ਅਸੀਂ ਇਹ ਚਾਹੁੰਦੇ ਹਾਂ ਵੀ ਇਹ ਦੋਵੇਂ ਪਰਿਵਾਰ ਕਿਉਂਕਿ ਜਿਹੜਾ ਇਹ ਜਗਦੀਪ ਸਿੰਘ ਆ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉੱਧਰੋਂ ਇਹਨਾਂ ਦਾ ਇਕਲੌਤਾ ਜਵਾਈ ਸੀ ਲੜਕੀ ਇਕੱਲੀ ਆ ਹੋਰ ਕੋਈ ਵੀ ਇਹਨਾਂ ਦਾ ਹੈ ਨਹੀਂ ਸਾਰਾ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਸਰਕਾਰ ਅਤੇ ਪ੍ਰਸ਼ਾਸਨ ਇੱਥੋਂ ਦਾ ਅਤੇ ਏਜੰਸੀ ਜਿਹੜੀ ਆ ਉਹ ਵੀਜ਼ਾ ਦੇਣ ਦੀ ਇਜਾਜ਼ਤ ਦੇਵੇ ਅਤੇ ਅਸੀਂ ਜਿਹੜੀਆਂ ਅੰਤਿਮ ਜਿਹੜੀਆਂ ਰਸਮਾਂ ਉਹਦੀਆਂ ਪੂਰੀਆਂ ਕਰ ਸਕੀਏ ਅਤੇ ਉਹਦਾ ਲਕਸ਼ਣ ਮੇਲਾ ਕਰ ਸਕੀਏ ਇਹ ਸਾਡੀ ਭਰਪੂਰ ਮੰਗ ਆ। ਕੀ ਨਾਂ ਕਲੀ? ਸੁਖਵਿੰਦਰ ਸਿੰਘ। ਕੀ ਗੱਲਬਾਤ ਹੋਈ ਅਤੇ ਔਰ ਕਦੋਂ ਗਿਆ ਸੀ ਉੱਥੇ ਲੜਕਾ? ਜਗਦੀਪ ਸਿੰਘ ਜੀ ਸਾਡਾ ਜਵਾਈ ਸੀਗਾ। ਹਾਂਜੀ। 3.5-4 ਸਾਲ ਉੱਥੇ ਰਹਿ ਰਹੇ ਸੀਗੇ ਅਤੇ ਉੱਥੇ ਕੰਮ ਕਰਦਿਆਂ ਹਾਦਸਾ ਵਾਪਰ ਗਿਆ। ਇਹਨਾਂ ਦੀ 16 ਤਰੀਕ ਨੂੰ ਡੈਥ ਹੋ ਗਈ। ਅੱਛਾ। 16 ਤਰੀਕ ਨੂੰ ਡੈਥ ਹੋ ਗਈ ਅਤੇ 17 ਤਰੀਕ ਨੂੰ ਕਾਬਜ਼ ਲਾਏ ਗਏ। ਅਸੀਂ ਇਹ ਮੰਗ ਕਰਦੇ ਕਿ ਅਸੀਂ ਜਾ ਕੇ ਉੱਥੇ ਇਹਨਾਂ ਦਾ ਸੰਸਕਾਰ ਕਰ ਸਕੀਏ, ਅੰਤਿਮ ਰਸਮਾਂ ਕਰ ਸਕੀਏ, ਪਰ ਸਾਨੂੰ ਅਜੇ ਵੀਜ਼ਾ ਨਹੀਂ ਮਿਲ ਰਿਹਾ। ਉੱਥੋਂ ਦੀ ਸਰਕਾਰ ਤੋਂ ਵੀ ਰਿਕੁਐਸਟਾਂ ਪਾਈਆਂ ਪਰ ਅਜੇ ਵੀਜ਼ਾ ਨਹੀਂ ਦੇ ਰਹੇ। ਕੀ ਕਾਰਨ ਹੈ? ਸਾਡੀ ਇਹੀ ਮੰਗ ਆ ਕਿ ਅਸੀਂ ਜਗਦੀਪ ਸਿੰਘ ਦਾ ਉੱਥੇ ਅੰਤਿਮ ਸੰਸਕਾਰ ਜਿਹੜਾ ਉਹਦੀਆਂ ਰਸਮਾਂ ਕਰ ਸਕੀਏ, ਉਹਦੇ ਦਰਸ਼ਨ ਕਰ ਸਕੀਏ। ਸਾਡੀ ਇਹੋ ਬੇਨਤੀ ਹੈ, ਇਹੀ ਮੰਗ ਹੈ। ਬੇਟਾ ਉਹਨਾਂ ਦਾ ਇੱਥੇ ਹੈ ਜੀ? ਉਹਨਾਂ ਦਾ ਬੇਟਾ ਇੱਥੇ ਹੈ ਜੀ, ਹਰਮਾਨ ਸਿੰਘ। ਜਗਦੀਪ ਸਿੰਘ ਦਾ ਬੇਟਾ ਹਰਮਾਨ ਸਿੰਘ 9 ਸਾਲ ਦੀ ਏਜ ਉਹਨਾਂ ਦੀ। ਉਹ ਤੁਹਾਡੇ ਕੋਲ ਰਹਿੰਦਾ? ਉਹ ਸਾਡੇ ਕੋਲ ਰਹਿ ਰਿਹਾ। ਕਿੰਨਾ ਅੰਕਲ ਜੀ? ਆਪਣਾ ਅਮਰ ਸਿੰਘ ਜੀ। ਕੀ ਗੱਲ ਹੋਈ ਅੰਕਲ ਸਾਰੀ?
ਦੇਖੋ ਜੀ ਉੱਥੋਂ ਤਕਰੀਬਨ 4 ਸਾਲ ਤੋਂ ਕੈਨੇਡਾ ਵਿੱਚ ਰਹਿ ਰਹੇ ਸੀ ਅਤੇ ਉੱਥੇ ਕੰਮ ਕਰਦੇ ਸੀ। ਤੀਸਰੀ ਮੰਜ਼ਿਲ ਤੋਂ ਪੈਰ ਫਿਸਲ ਗਿਆ ਡਿੱਗ ਪਏ ਔਰ ਫਿਰ ਪਰਨੇ ਵੱਜੇ ਆ ਅਤੇ 16 ਤਰੀਕ ਨੂੰ ਉਹਨਾਂ ਦੀ ਡੈਥ ਹੋ ਗਈ। ਅਸੀਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਇਹ ਬੇਨਤੀ ਕਰਦੇ ਹਾਂ ਕਿ ਅਸੀਂ ਉਹਦੇ ਬੱਚੇ ਸਮੇਤ ਉਹਦਾ ਬੱਚਾ ਇੱਥੇ ਸਾਡੇ ਕੋਲ ਆ ਅਤੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋ ਸਕੇ। ਤੇ ਇਸ ਚੈਨਲ ਦੇ ਲਈ ਤਰਨ ਤਾਰਨ ਤੋਂ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ।